ਜੀ ਅਸੀਂ ਸ਼ੀਆ ਸਿਹਾਬਾ ਦੇ ਮੁਨਕਰ ਨਹੀਂ ਸਿਹਾਬਾ ਦੇ ਮੁਨਕਰ ਹੁੰਦੇ ਅਮਾਰ ਨੂੰ ਨਾ ਮੰਨਦੇ ਕੰਬਰ ਨੂੰ ਨਾ ਮੰਨਦੇ ਜਿੰਨੇ ਨਾਮ ਮੈਂ ਸਿਹਾਬਾ ਇਕਰਾਮ ਦੇ ਪੇਸ਼ ਕੀਤੇ ਮੈਂ ਕਹਿੰਦਾ ਐ ਮੁਹੰਮਦ ਬਿਨ ਅਬੂ ਬਕਰ ਰਜ਼ੀ ਅੱਲਾਹ ਤਾਲਾ ਨੂੰ ਤੇਰੇ ਪੈਰਾਂ ਦੀ ਖਾਕ ਸ਼ੀਆਂ ਦੀ ਅੱਖਾਂ ਦਾ ਸੁਰਮਾ ਇਹ ਮੁਹੰਮਦ ਬਿਨ ਅਬੂ ਬਕਰ ਉਹ ਬੰਦਾ ਹੈ ਨਹਜੁਲ ਬਲਾਗਾ ਚ ਤੁਹਾਡਾ ਮੇਰਾ ਮੁਰਸ਼ਦ ਅਲੀ ਫਰਮਾਂਦਾ ਹੈ ਯੇ ਮੁਹੰਮਦ ਬਿਨ ਅਬੂ ਬਕਰ ਅਬੂ ਬਕਰ ਕੇ ਸੁਲਬ ਸੇ ਅਬੂ ਬਕਰ ਕਾ ਬੇਟਾ ਨਹੀਂ ਮੁਝ ਹੈਦਰ ਏ ਕਰਾਰ ਕਾ ਬੇਟਾ ਹੈ ਗੁਜ਼ਾਰੇ ਸਮਝ ਚਾਹ ਰਹੀ ਇਹਨੂੰ ਇੰਨਾ ਪਿਆਰ ਸੀ ਸ਼ੀਆ ਸੁਨੀ ਭਾਈਓ ਮੈਂ ਤੇ ਭਾਈਆਂ ਦੀ ਫਜ਼ਾਈ ਕਾਇਮ ਕਰਨੀ ਹੈ ਭਾਈ ਵਾਲੀ ਹੋਈ ਗੌਰ ਹੈ ਨਾ ਮੁਹੱਬਤ ਪਿਆਰ ਨਾਲ ਵੀ ਗੱਲ ਕਰਨੀ ਹੈ ਤੇ ਪੂਰੀ ਵੀ ਕਰਨੀ ਆ ਤੇ ਮੇਰਾ ਮਕਸਦ ਇਹ ਦਿਲ ਅਜ਼ਾਰੀ ਕਰਨਾ ਵੀ ਮੇਰਾ ਮਕਸਦ ਕੋਈ ਨਹੀਂ ਜੇ ਮਤੇ ਸਮਝੋ ਕਿ ਮੈਂ ਕਿਸੇ ਨੂੰ ਗਾਲ ਕਰਨੀ ਹੈ ਨਾ ਗਾਲ ਸਾਡਾ ਮਤਲਬ ਨਹੀਂ ਮੇਰਾ ਮੈਂ ਸਿਰਫ ਇਹ ਵੇ ਕਿ ਕੁਰਾਨ ਹਦੀਸ ਨਾਲ ਜਵਾਬ ਪੇਸ਼ ਕਰਨਾ ਤੇ ਮੁਹੱਬਤ ਪਿਆਰ ਨਾਲ ਹੱਕ ਬਿਆਨ ਕਰਨਾ ਦਿਲ ਦੁਖਾਣਾ ਵੀ ਮਕਸਦ ਨਹੀਂ ਇਹ ਨਾ ਸਮਝੀ ਧੋਣ ਵਾਸਤੇ ਆਇਆ ਮੈਂ ਇਸ ਵਾਸਤੇ ਆਇਆ ਹੱਕ ਬਿਆਨ ਕਰਨ ਵਾਸਤੇ ਮੁਹੰਮਦ ਬਿਨ ਅਬੂ ਬਕਰ ਉਹ ਬੰਦਾ ਹੈ ਮੌਲਾ ਅਲੀ ਦਾ ਪੱਕਾ ਸ਼ੀਆ ਮੁਹਿਬ ਸ਼ੀਆ ਮਲੰਗ ਸ਼ੀਆ ਦਫੰਗ ਸ਼ੀਆ ਅਗਰ ਜੰਗੇ ਜਮਲ ਚ ਸਾਹਮਣੇ ਉੱਠ ਤੇ ਚੜ ਕੇ ਸੱਕੀ ਭੈਣ ਆ ਗਈ ਇਹਨੇ ਡਾਚੀ ਦੀਆਂ ਲੱਤਾਂ ਕੱਪ ਛੱਡੀਆਂ ਨੇ ਉੱਠ ਥੱਲੇ ਜਣਿਆ ਜਿਹੜੀ ਵਿੱਚ ਸ਼ਾਇ ਸੀ ਉਹ ਵੀ ਭੁੜਕ ਕੇ ਥੱਲੇ ਪਈ ਗੌਰ ਹੈ ਅੰਦਰੋਂ ਆਵਾਜ਼ ਆਈ ਸੜ ਜਾਣਿਆ ਮੈਂ ਤੇਰੀ ਭੈਣ ਫਰਮਾਇਆ ਭੈਣ ਤੇ ਕੁਰਾਨ ਨਹੀਂ ਫੜਿਆ ਅੱਲਾ ਕੁਰਾਨ ਚ ਫਰਮਾਇਆ ਕਰਨਾ ਫੀ ਬਯੂ ਤੇ ਕੁੰਨਾ ਨਬੀ ਦੀ ਬੀਵੀ ਆਪਣੇ ਘਰ ਵਿੱਚ ਰਵੋ ਮੁਹੰਮਦ ਬਿਨ ਅਬੂ ਬਕਰ ਕਹਿਣ ਲੱਗੇ ਭਾਵੇਂ ਤੂੰ ਮੇਰੀ ਭੈਣ ਹੈ ਨਬੀ ਦੀ ਬੀਵੀ ਤੇ ਹੈ ਨਬੀ ਦਾ ਘਰ ਛੱਡਿਆ ਕਿਉਂ ਮੈਦਾਨ ਚ ਆਈ ਕਿਉਂ ਹੱਕ ਦਾ ਤੇ ਇਮਾਮ ਮੇਰਾ ਮੁਰਸ਼ਦ ਅਲੀ ਹੈ ਮੁਹੰਮਦ ਬਿਨ ਅਬੂ ਬਕਰ ਸ਼ੀਆ ਗੌਰ ਹੈ ਅਜ਼ੀਮ ਸ਼ੀਆ ਸਿਆਬੀ ਤਾਬੀ ਮਹਾਜਰ ਸ਼ੀਆ।